वेलकम स्टूडेंट्स, असी करांगे टॉपिक वैल्यू क्राइसिस, मुल्लां दा पतन जां इरोजन ऑफ वैल्यूज। तीन तरीकों नाल असी मुल्लां दा पतन देखांगे, समाजिक, आर्थिक अते राजनीतिक। सब तो पहला असी समाजिक मुल्लां दा पतन करदे हां। इहदे विच सब तो पहला किहड़े-किहड़े पतन होए आ इस समाज दे विच, फिर इहदे कारण देखदे हां। सैल्फ सेंटर्डनेस, स्वै केंद्रता, ਤਾਂ ਜਿਹੜਾ ਸਮਾਜਿਕ ਮੁੱਲ ਨੇ ਉਹਨਾਂ ਦੇ ਵਿੱਚ ਸਵੈ ਕੇਂਦਰਤਾ ਦਾਖਲ ਹੋਈ ਹੈ। ਹਰੇਕ ਵਿਅਕਤੀ ਆਪਣੇ ਆਪ ਨੂੰ ਹੀ ਅੱਗੇ ਰੱਖ ਕੇ ਚੱਲਣਾ ਚਾਹੁੰਦਾ ਹੈ, ਆਪਣਾ ਹੀ ਭਲਾ ਕਰਨਾ ਚਾਹੁੰਦਾ ਹੈ, ਤਾਂ ਆਪਣੇ ਆਪ 'ਤੇ ਕੇਂਦਰਿਤ ਰਹਿਣਾ ਚਾਹੁੰਦਾ ਹੈ। ਫਿਰ ਹੈ ਸਵਾਰਥੀਪੁਣਾ, ਤਾਂ ਅੱਜ ਦੇ ਸਮਾਜ ਦੇ ਵਿੱਚ ਸਵਾਰਥੀਪੁਣਾ ਹੈ ਜਿਹੜਾ ਉਹ ਖੂਨ ਦੇ ਰਿਸ਼ਤਿਆਂ ਵਿੱਚ ਵੀ ਮਿਲਦਾ ਹੈ। ਤਾਂ ਹਰੇਕ ਜਿਹੜਾ ਵਿਅਕਤੀ ਆ ਦੂਜੇ ਨਾਲ ਸਵਾਰਥ ਕਰਕੇ ਹੀ ਜੁੜਿਆ ਹੋਇਆ ਹੈ, ਇਸ ਤੋਂ ਬਿਨਾਂ ਬਿਨਾਂ ਮਤਲਬ ਤੋਂ ਕੋਈ ਕਿਸੇ ਦਾ ਕੁਛ ਨਹੀਂ ਕਰਦਾ। ਫਿਰ ਹੈ ਭਾਵਨਾਵਾਂ ਦੀ ਕਮੀ, ਤਾਂ ਅੱਜ ਦੇ ਸਮਾਜ ਦੇ ਵਿੱਚ ਭਾਵਨਾਵਾਂ ਦੀ ਕਮੀ ਆ, ਕਿਉਂਕਿ ਜਿਹੜੇ ਖੂਨ ਦੇ ਰਿਸ਼ਤੇ ਨੇ, ਪਿਤਾ ਪੁੱਤਰ ਦਾ ਰਿਸ਼ਤਾ, ਮਾਤਾ ਪੁੱਤਰ ਦਾ ਰਿਸ਼ਤਾ, ਭਰਾ ਭਰਾ ਦਾ, ਭੈਣ ਭਰਾ ਦਾ ਰਿਸ਼ਤਾ, ਭੈਣਾਂ ਦਾ ਰਿਸ਼ਤਾ, ਇਹ ਸਾਰੇ ਰਿਸ਼ਤੇ ਨੇ ਜਿਹੜੇ ਉਹ ਸਿਰਫ ਪੈਸੇ ਕਰਕੇ ਹੁੰਦੇ ਨੇ, ਜੇ ਕਹਿ ਲਓ ਕਿ ਪੈਸੇ ਦੇ ਰਿਸ਼ਤੇ ਨੇ। ਤਾਂ ਇੱਥੇ ਭਾਵਨਾਵਾਂ ਦੀ ਕਮੀ ਆ ਸਾਡੇ ਕੋਲ। ਆਂਢ ਗੁਆਂਢ ਦੇ ਵਿੱਚ ਵੀ ਅਸੀਂ ਜਿਹੜਾ ਮਿਲਣਾ ਵਰਤਣਾ ਉਹ ਪਸੰਦ ਨਹੀਂ ਕਰਦੇ। ਜਿਹੜਾ ਵਿਅਕਤੀ ਅਮੀਰ ਆ ਜਾਂ ਜਿਹੜਾ ਵਿਅਕਤੀ ਸਾਨੂੰ ਕੁਛ ਦੇ ਸਕਦਾ, ਅਸੀਂ ਉਹਦੇ ਨਾਲ ਹੀ ਸੰਬੰਧ ਰੱਖਣਾ ਚਾਹੁੰਦੇ ਹਾਂ, ਤਾਂ ਇੱਥੇ ਸਾਡੇ ਇਮੋਸ਼ਨਸ ਨੇ ਜਿਹੜੇ ਬਿਲਕੁਲ ਹੀ ਡੈੱਡ ਹੁੰਦੇ ਨੇ। ਫਿਰ ਹੈ ਬੇਚੈਨੀ ਵਿੱਚ ਵਾਧਾ, ਇਨਕਰੀਜ਼ ਇਨ ਰੈਸਟਲੈਸ, ਕਿਉਂਕਿ ਸਮਾਜ ਜਿਹੜਾ ਮਟੀਰੀਅਲਿਸਟਿਕ ਹੋਇਆ ਹੋਇਆ ਹੈ, ਇੱਥੇ ਬੇਚੈਨੀ ਵੱਧਦੀ ਜਾਂਦੀ ਆ। ਅਸੀਂ ਆਪਣੇ ਇੱਛਾਵਾਂ ਦੀ ਪੂਰਤੀ ਲਈ ਉਹਨਾਂ ਨਹੀਂ ਕਮਾ ਸਕਦੇ ਜਿੰਨੀਆਂ ਸਾਡੀਆਂ ਇੱਛਾਵਾਂ ਹੁੰਦੀਆਂ ਨੇ, ਤਾਂ ਅਸੀਂ ਆਲਾ ਦੁਆਲਾ ਦੇਖ ਕੇ ਸਮਾਜ ਦੇ ਵਿੱਚ ਰੈਸਟਲੈਸ ਹੁੰਦੇ ਰਹਿੰਦੇ ਹਾਂ। ਫਿਰ ਅੱਗੇ ਹੈਗਾ ਲੌਸ ਆਫ ਲਵ, ਪੀਸ ਐਂਡ ਬ੍ਰਦਰਹੁੱਡ, ਪਿਆਰ, ਸ਼ਾਂਤੀ ਅਤੇ ਭਰਾਤਰੀ ਭਾਵ ਦਾ ਘਟਣਾ। ਤਾਂ ਅੱਜ ਦੇ ਸਮਾਜ ਦੇ ਵਿੱਚ ਇਹ ਚੀਜ਼ਾਂ ਦੀ ਬਹੁਤ ਘਾਟ ਮਹਿਸੂਸ ਹੋ ਰਹੀ ਆ। ਨੈਗੇਟਿਵ ਥਿੰਕਿੰਗ ਐਂਡ ਬਿਹੇਵੀਅਰ, ਸਾਡੀ ਸੋਚ ਅਤੇ ਸਾਡੀ ਜਿਹੜੀ ਵਰਤਾਓ ਆ ਸਾਡਾ, ਉਹ ਨਕਾਰਾਤਮਕ ਹੁੰਦਾ ਜਾ ਰਿਹਾ ਹੈ। ਸਾਡੀ ਸੋਚ ਦੇ ਉੱਤੇ ਨਕਾਰਾਤਮਕਤਾ ਜਿਹੜੀ ਉਹ ਭਾਰੂ ਹੋ ਰਹੀ ਹੈ। ਫਿਰ ਹੈਗਾ ਸੋਸ਼ਲ ਕਨਫਲਿਕਟਸ, ਮਤਭੇਦ, ਸਮਾਜਿਕ ਮਤਭੇਦ। ਤਾਂ ਇਹਦੇ ਨਾਲ ਕੀ ਆ, ਸਮਾਜਿਕ ਮਤਭੇਦ ਨੇ ਜਿਹੜੇ ਉਹ ਪੈਦਾ ਹੁੰਦੇ ਨੇ ਜਦੋਂ ਸਾਡੀ ਸੋਚ ਨੈਗੇਟਿਵ ਹੁੰਦੀ ਆ। ਅਸੀਂ ਹਰੇਕ ਬਾਰੇ ਜਿਹੜਾ ਇਹ ਪੁੱਠਾ ਸੋਚਣਾ ਹੁੰਦਾ ਹੈ, ਤਾਂ ਸਾਡੇ ਲੜਾਈਆਂ ਝਗੜੇ ਸ਼ੁਰੂ ਹੁੰਦੇ ਨੇ। ਫਿਰ ਹੈਗਾ ਲੈਕ ਆਫ ਸੋਸ਼ਲ ਸਰਵਿਸ, ਸਮਾਜ ਸੇਵਾ ਦੀ ਘਾਟ। ਤਾਂ ਸਮਾਜ ਦੇ ਵਿੱਚ ਕੋਈ ਵੀ ਇੱਕ ਦੂਜੇ ਦੀ ਸੇਵਾ ਨਹੀਂ ਕਰਨਾ ਚਾਹੁੰਦਾ, ਕੋਈ ਭੁੱਖੇ ਨੂੰ ਰੋਟੀ ਨਹੀਂ ਖਵਾਉਣਾ ਚਾਹੁੰਦਾ ਹੈ, ਕੋਈ ਕਿਸੇ ਵੀ ਦੀਨ ਦੁਖੀ ਦੀ ਸਹਾਇਤਾ ਨਹੀਂ ਕਰਨਾ ਚਾਹੁੰਦਾ, ਸਭ ਆਪਣੇ ਆਪਣੇ ਮਤਲਬ ਹੱਲ ਕਰਦੇ ਨੇ। ਤਾਂ ਇਹਦੇ ਨਾਲ ਕੀ ਕਹਿ ਸਕਦੇ ਹਾਂ ਅਸੀਂ, ਸਮਾਜ ਦੇ ਵਿੱਚ ਸਮਾਜ ਸੇਵਾ ਦੀ ਘਾਟ। ਅੱਗੇ ਦੇਖਦੇ ਹਾਂ ਕੀ ਕਾਰਨ ਨੇ ਕਿ ਸਮਾਜਿਕ ਮੁੱਲ ਨੇ ਜਿਹੜੇ ਉਹ ਗਿਰ ਰਹੇ ਨੇ ਦਿਨ ਪ੍ਰਤੀ ਦਿਨ। ਕਾਸਟ ਸਿਸਟਮ, ਜਾਤ ਪ੍ਰਥਾ ਇਹਦਾ ਕਾਰਨ ਹੋ ਸਕਦਾ ਹੈ। ਫਿਰ ਹੈ ਸੋਸ਼ਲ ਡਿਸਆਰਗੇਨਾਈਜੇਸ਼ਨ, ਸਮਾਜਿਕ ਵਿਘਟਨ, ਕਿਉਂਕਿ ਸਮਾਜ ਕਈ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਹੈ, ਤਾਂ ਉਹ ਵੀ ਇਹਦਾ ਕਾਰਨ ਹੋ ਸਕਦਾ ਹੈ। ਭੌਤਿਕਵਾਦੀ ਦ੍ਰਿਸ਼ਟੀਕੋਣ, ਮੀਨਸ ਸਾਰੀ ਜਿਹੜੀ ਖੇਡ ਆ ਉਹ ਪੈਸੇ ਦੀ ਆ, ਇਹੀ ਦ੍ਰਿਸ਼ਟੀਕੋਣ ਆ ਜਿਹੜਾ ਇਸ ਦਾ ਕਾਰਨ ਹੋ ਸਕਦਾ ਹੈ। ਸਵਾਰਥਪੁਣਾ, ਸਮਾਜਿਕ ਅਨੁਸ਼ਾਸਨਹੀਣਤਾ, ਨਿਆਂ ਦੀ ਕਮੀ, ਸੰਵੇਦਨਸ਼ੀਲਤਾ ਦੀ ਕਮੀ, ਸਮਾਜਿਕ ਸ਼ੋਸ਼ਣ, ਕਿਉਂਕਿ ਹਰੇਕ ਬੰਦਾ ਜਿਹੜਾ ਇੱਕ ਦੂਜੇ ਦਾ ਸ਼ੋਸ਼ਣ ਕਰਨ 'ਤੇ ਤੁਲਿਆ ਹੋਇਆ ਹੈ, ਤਾਂ ਇਹਦਾ ਕਾਰਨ ਹੋ ਸਕਦਾ। ਮਲ ਪ੍ਰੈਕਟਿਸਿਸ, ਗਲਤ ਕੰਮ ਨੇ ਜਿਹੜੇ ਉਹ ਸੰਸਾਰ ਦੇ ਵਿੱਚ, ਸਮਾਜ ਦੇ ਵਿੱਚ ਹੋ ਰਹੇ ਨੇ, ਧੱਕੇਸ਼ਾਹੀਆਂ ਹੋ ਰਹੀਆਂ ਨੇ, ਵਧੀਕੀਆਂ ਹੋ ਰਹੀਆਂ ਨੇ, ਤਾਂ ਇਹ ਸਾਰੇ ਕੀ ਨੇ, ਸੋਸ਼ਲ ਵੈਲਿਊਜ਼ ਦਾ ਇਰੋਜ਼ਨ ਕਰਦੇ ਨੇ। ਅੱਗੇ ਸਾਡੇ ਕੋਲ ਆਰਥਿਕ ਮੁੱਲਾਂ ਦਾ ਪਤਨ ਆ। ਪਹਿਲਾਂ ਇਰੋਜ਼ਨ ਦੇਖਦੇ ਹਾਂ ਕੀ ਹੁੰਦਾ ਹੈ, ਫਿਰ ਕੌਜ਼ਿਸ ਦੇਖਦੇ ਹਾਂ। ਮਟੀਰੀਅਲਿਸਟਿਕ ਸੋਚ, ਪਦਾਰਥਵਾਦੀ ਸੋਚ, ਨਿੱਜੀ ਲਾਭਾਂ ਨੂੰ ਦੇਖਣਾ ਹਮੇਸ਼ਾ ਹੀ, ਭ੍ਰਿਸ਼ਟਾਚਾਰ, ਸਾਰੇ ਜਾਣਦੇ ਹੋ ਭ੍ਰਿਸ਼ਟਾਚਾਰ, ਅੱਜ ਦੇ ਜਿਹੜੇ ਜ਼ਮਾਨੇ ਦੇ ਵਿੱਚ ਆਰਥਿਕ ਮੁੱਲ ਘੱਟ ਰਹੇ ਨੇ, ਉਹ ਭ੍ਰਿਸ਼ਟਾਚਾਰ ਜਿਹੜਾ ਹੈ ਉਹਦੇ ਵਿੱਚ ਫੈਲ ਰਿਹਾ ਹੈ। ਬਲੈਕ ਮਨੀ, ਕਾਲਾ ਧਨ, ਕਾਲਾ ਧਨ ਕਿਹਨੂੰ ਕਹਿੰਦੇ ਹੋ ਤੁਸੀਂ, ਜਿਹੜਾ ਅਸੀਂ ਦੋ ਨੰਬਰ ਦੇ ਵਿੱਚ ਅਸੀਂ ਕਹਿੰਦੇ ਹਾਂ ਕਮਾਇਆ ਹੁੰਦਾ ਹੈ ਜਾਂ ਛੁਪਾ ਕੇ ਰੱਖਿਆ ਹੁੰਦਾ, ਟੈਕਸ ਤੋਂ ਫਰੀ ਜਿਹੜਾ ਕੀਤਾ ਹੋਇਆ ਹੁੰਦਾ ਹੈ। ਫਿਰ ਹੈਗਾ ਅਨਸੈਟਿਸਫੈਕਸ਼ਨ, ਅਸੰਤੁਸ਼ਟੀ, ਤਾਂ ਜਦੋਂ ਆਰਥਿਕਤਾ ਸਾਡੀ ਜਿਹੜੀ ਕਮਜ਼ੋਰ ਹੁੰਦੀ ਹੈ ਤਾਂ ਸਾਡੇ 'ਚ ਸੈਟਿਸਫੈਕਸ਼ਨ ਨਹੀਂ ਰਹਿੰਦੀ, ਅਸੀਂ
असंतुष्ट रहने हैं। फिर हैगा एक्सप्लाइटेशन ऑफ पुअर, गरीबों का शोषण, गरीबों को घट वेजिज दित्तियां जांदियां ने, जां इह कह लो कि गरीबों का शोषण किया जाता, उन्होंने उन्होंने काम मुताबक पैसा नहीं मिलता। इहदे कारणां दे विच असीं कहांगे डिवेलपमेंट ऑफ साइंस एंड टेक्नोलॉजी, विज्ञान ते तकनीकी दा जिहड़ा विकास आ उह इसदा कारण बणिया है, क्योंकि मजदूरां दी जिहड़ी घाट आ उह मशीनां ने पूरी करती, तां जिहड़े मजदूर ने उह उन्हां नूं घट पैसे दे उत्ते काम करना पै रिहा है। इंडस्ट्रियलाइजेशन, उद्योगीकरण, शहरीकरण, भौतिकवाद, मनोविज्ञानक कारण, रोंग कंसैप्ट ऑफ इकनोमिक डिवेलपमेंट, आर्थिक विकास का गलत संकल्प। ये की आ कि दिन रातों रात अमीर होना, यह हुंदा आर्थिक विकास का गलत संकल्प। तो यह कारण ने साडे मनोविज्ञानक कारण ने, क्योंकि असी पैसे की दौड़ च शामिल होए हुए हैं, असी जिहड़ियां आरामदायक सहूलतां ने उन्हां नूं पाउणा चाहुंदे हां, तां असी दिमागी तौर ते अपसैट रहिंदे हां। असी हमेशा ही जिहड़ियां अपने जो भी साडे कोल मौजूद फैसिलिटीज़ ने उन्हां तों असंतुष्ट रहिंदे हां। अगे राजनीतिक मुल्लां दा पतन, इन्हां दा इरोजन की आ, जनता दा शोषण हो रिहा है दिन प्रतिदिन, किसी गरीब की पुछ पड़ताल नहीं है, भ्रिष्टाचार का बोलबाला है, पैसे तो बिना कोई भी काम इतने नहीं चलता, रोंग गाइडेंस आ, गलत मार्गदर्शन किया जाता है राजनेतावान द्वारा भी, तो वे जड़े अफसर ने उन्हों द्वारा भी। मिसयूज ऑफ वोट्स, जोड़े राजनेता ने, लीडर लोग ने, वोटों का गलत प्रयोग करते हैं। सहूलतों की घाट, तो पैसे ने जोड़े, क्योंकि करप्शन आडे वे लीडर जी कहने अफसर हड़प जाते हैं, तो जिहड़ियां सहूलतों लई पैसे गौरमेंट वालों प्रोवाइड किए जाते हैं उस सहूलतों की घाट रही है। चंगे नेतावान की घाट, नौजवानों की गलत वरतों, तो नौजवानों की गलत वरतों ने जिहड़े लीडर लोग अपने फायदे लई करते ने, वोटां लई करते ने, तो उत्थे भी अराजकता फैलती है समाज के विच। कारण, इन्हां दे कारण ने नॉन फुलफिलमेंट ऑफ कॉन्स्टिट्यूशनल ਗਰੰਟੀਜ਼, ਸੰਵਿਧਾਨਕ ਗਰੰਟੀਆਂ ਦਾ ਪੂਰਾ ਨਾ ਹੋਣਾ ਜਾਂ ਪੂਰਾ ਨਾ ਕਰਨਾ, ਜੋ ਗਰੰਟੀਆਂ ਲੀਡਰ ਨੇ ਜਿਹੜੇ ਉਹ ਵੋਟਾਂ ਤੋਂ ਪਹਿਲਾਂ ਕਰਦੇ ਨੇ ਉਹ ਪੂਰੀਆਂ ਨਹੀਂ ਕਰਦੇ। ਸਵਾਰਥੀ ਮਨੋਰਥ ਉਹਨਾਂ ਦੇ ਕੰਮ ਨੇ ਜਿਹੜੇ ਸਵਾਰਥੀ ਹੁੰਦੇ ਨੇ, ਕਿਉਂਕਿ ਪਹਿਲਾਂ ਵੱਡੇ ਵੱਡੇ ਲੈਕਚਰ ਦਿੰਦੇ ਨੇ, ਲੋਕਾਂ ਨੂੰ ਪ੍ਰਭਾਵਿਤ ਕਰਦੇ ਨੇ, ਅਤੇ ਆਪਣੀਆਂ ਵੋਟਾਂ ਤੋਂ ਬਾਅਦ ਉਹ ਲੋਕਾਂ ਦੇ ਵਿੱਚ ਵਿਚਰਨਾ ਵੀ ਪਸੰਦ ਨਹੀਂ ਕਰਦੇ। ਫਿਰ ਇਹ ਲੈਕ ਆਫ ਪੋਲੀਟੀਕਲ ਕੋਡ ਐਂਡ ਕੰਡਕਟ, ਜਿਹੜਾ ਰਾਜਨੀਤਿਕ ਵਿਵਹਾਰ ਆ ਉਸ ਦੀ ਅਣਹੋਂਦ ਆ, ਕਿਉਂਕਿ ਲੀਡਰ ਲੋਕ ਇੱਕ ਦੂਜੇ ਦੇ ਚਿੱਕੜ ਉਛਾਲਦੇ ਨੇ, ਉਹ ਦੇਸ਼ ਦੇ ਭਲੇ ਲਈ ਕੰਮ ਕਰਨ ਦੀ ਬਜਾਏ ਵਿਰੋਧੀ ਧਿਰਾਂ ਦੇ ਜਿਹੜੇ ਲੀਡਰ ਨੇ ਉਹਨਾਂ ਨੂੰ ਨੀਚੇ ਗਿਰਾਉਣਾ ਜ਼ਿਆਦਾ ਪਸੰਦ ਕਰਦੇ ਨੇ। ਫਿਰ ਹੈ ਰਾਜਨੀਤਿਕ ਸ਼ੋਸ਼ਣ, ਪੋਲੀਟੀਕਲ ਐਕਸਪਲਾਈਟੇਸ਼ਨ, ਜਿਹੜੇ ਲੋਕ ਗਰੀਬ ਲੋਕ ਨੇ ਉਹਨਾਂ ਦੇ ਜਿਹੜੇ ਵੋਟ ਦਾ ਹੱਕ ਆ ਉਹਨਾਂ ਤੋਂ ਖਰੀਦ ਲਿਆ ਜਾਂਦਾ ਹੈ, ਉਹਨਾਂ ਨੂੰ ਲਾਲਚ ਦੇ ਕੇ ਜਿਹੜਾ ਉਹਨਾਂ ਨੂੰ ਆਪਣੇ ਪਾਸੇ ਵੱਲ ਕਰ ਲਿਆ ਜਾਂਦਾ ਹੈ, ਅਤੇ ਇਹਦੇ ਨਾਲ ਕੀ ਆ ਉਹ ਆਪਣਾ ਜਿਹੜਾ ਵੀ ਉਹਨਾਂ ਦਾ ਅਧਿਕਾਰ ਆ ਉਸ ਨੂੰ ਕਿਸੇ ਦੇ ਹੱਥ 'ਚ ਦੇ ਦਿੰਦੇ ਨੇ, ਆਪਣੇ ਹੱਕ ਨੇ ਜਿਹੜੇ ਉਹ ਕਿਸੇ ਦੇ ਹੱਥ 'ਚ ਦੇ ਦਿੰਦੇ ਨੇ। ਫਿਰ ਹੈਗਾ ਵਾਇਲੈਂਸ, ਹਿੰਸਾ, ਤਾਂ ਵੋਟਾਂ ਕਰਕੇ ਜਿਹੜੇ ਸਾਡੇ ਸਮਾਜ ਦੇ ਵਿੱਚ ਹਿੰਸਾ ਵੀ ਹੁੰਦੀ ਆ, ਲੜਾਈਆਂ ਝਗੜੇ ਵੀ ਹੁੰਦੇ ਨੇ। ਫਿਰ ਹੈਗਾ ਟੈਰਰਿਜ਼ਮ, ਅੱਤਵਾਦ, ਤਾਂ ਪੋਲੀਟੀਕਲ ਲੀਡਰ ਲੋਕ ਨੇ ਜਿਹੜੇ ਪੋਲੀਟੀਕਲ ਪਾਰਟੀਆਂ ਨੇ ਆਪਣੇ ਫਾਇਦੇ ਲਈ ਲੋਕਾਂ ਨੂੰ ਵਰਤਦੀਆਂ ਨੇ, ਗਲਤ ਇਸਤੇਮਾਲ ਕਰਦੀਆਂ ਨੇ, ਸਮਾਜ ਦੇ ਵਿੱਚ ਜਿਹੜਾ ਇਹ ਅੱਤਵਾਦ ਫੈਲਾਉਂਦੀਆਂ ਨੇ, ਜਾਂ ਇਹ ਕਹਿ ਸਕਦੇ ਹਾਂ ਕਿ ਲੋਕਾਂ ਨੂੰ ਗਲਤ ਜਿਹੜਾ ਗਾਈਡ ਕਰਕੇ ਉਹਨਾਂ ਨੂੰ ਆਪਸ ਦੇ ਵਿੱਚ ਲੜਾਉਂਦੀਆਂ ਨੇ। ਤਾਂ ਇਹ ਸੀਗਾ ਅੱਜ ਦਾ ਸਾਡਾ ਕੁਐਸਚਨ ਵੈਲਿਊ ਕ੍ਰਾਈਸਿਸ ਦੇ ਉੱਪਰ, ਤਾਂ ਇਹ ਸਾਰੇ ਹੈਡਿੰਗ ਨੇ, ਇਹਨਾਂ ਦੇ ਅੰਡਰ ਤੁਸੀਂ ਲਿਖ ਸਕਦੇ ਹੋ। ਜੇ ਲੌਂਗ ਕੁਐਸਚਨ ਤਿੰਨੇ ਕਰਨੇ ਨੇ ਤਾਂ ਤੁਸੀਂ ਇਹਨਾਂ ਨੂੰ ਲਾਈਨਾਂ ਦੇ ਵਿੱਚ ਕਨਵਰਟ ਕਰਕੇ ਲਿਖ ਸਕਦੇ ਹੋ। ਅੱਜ ਦੀ ਵੀਡੀਓ 'ਚ ਇੰਨਾ ਹੀ, ਅੱਗੇ ਫਿਰ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਓਕੇ, ਥੈਂਕਸ।